ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਲਈ ਪ੍ਰਸ਼ਾਸਨ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ, ਪਰ ਪ੍ਰਸ਼ਾਸਨ ਅਧਿਕਾਰੀਆਂ ਦੀ ਢਿੱਲੀ ਕਾਰਜਕਾਰੀ ਕਾਰਨ ਕਈ ਪਿੰਡਾਂ 'ਚ ਨਜਾਇਜ਼ ਦੇਸੀ ਸ਼ਰਾਬ ਧੜੱਲੇ ਨਾਲ ਵਿਕ ਰਹੀ ਹੈ। ਇਹ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈਆਂ ਦੇ ਘਰ ਉਜੜ ਚੁੱਕੇ ਹਨ। ਇਸ ਦੇ ਬਾਵਜੂਦ ਵੀ ਇਸ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਇਸੇ ਤਰ੍ਹਾਂ ਦੀਨਾਨਗਰ ਅਧੀਨ ਪੈਂਦੇ ਪਿੰਡ ਚੱਬੜਕਰਾਂ 'ਚ ਵੀ ਨਸ਼ੇ ਦੇ ਸੌਦਾਗਰਾਂ ਵੱਲੋਂ ਸ਼ਰੇਆਮ ਨਜਾਇਜ਼ ਦੇਸੀ ਸ਼ਰਾਬ ਅਤੇ ਨਸ਼ੇ ਦੇ ਕੈਪਸੂਲ ਵੇਚੇ ਜਾ ਰਹੇ ਹਨ, ਪਰ ਪੁਲਿਸ ਅਧਿਕਾਰੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੇ, ਜਿਸ ਦੇ ਰੋਜ਼ ਵਜੋਂ ਸਮੂਹ ਪਿੰਡ ਦੀਆਂ ਔਰਤਾਂ ਵੱਲੋਂ ਸ਼ਰਾਬ ਦੀ ਨਜਾਇਜ਼ ਵਿਕਰੀ ਅਤੇ ਨਸ਼ੇ ਦੇ ਕੈਪਸੂਲ ਦੇ ਗੋਰਖ ਧੰਦੇ ਨੂੰ ਬੰਦ ਕਰਵਾਉਣ ਦੇ ਲਈ ਪਿੰਡ 'ਚ ਭਾਰੀ ਇਕੱਠ ਕਰਕੇ ਰੋਸ ਮਾਰਚ ਕੀਤਾ ਗਿਆ। ਔਰਤਾਂ ਵੱਲੋਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਗਈ ਹੈ, ਜੇਕਰ ਨਜਾਇਜ਼ ਸ਼ਰਾਬ ਅਤੇ ਕੈਪਸੂਲ ਦੀ ਵਿਕਰੀ ਬੰਦ ਨਾ ਕੀਤੀ ਗਈ ਤਾਂ ਪਿੰਡ ਦੀਆਂ ਔਰਤਾਂ ਵੱਲੋਂ ਬੱਚਿਆਂ ਸਮੇਤ ਵੱਡੇ ਪੱਧਰ 'ਤੇ ਸੰਘਰਸ਼ ਵੰਡਿਆ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਨਸ਼ੇ ਬਹੁਤ ਵਿਕ ਰਹੇ ਸਾਡੇ ਪਿੰਡ ਦੇ ਵਿੱਚ, ਇਸ ਦੇ ਵਿਰੁੱਧ ਅਸੀਂ ਬੜੇ ਬਹੁਤ ਦਿਨ ਹੋ ਗਿਆ ਵਿਚਾਰੀਆਂ ਲੇਡੀਜ਼ਾਂ ਜਿਹੜੀਆਂ ਪੁਲਿਸ ਦਾ ਕੰਮ ਕਰਨਾ ਚਾਹੀਦਾ ਉਹ ਲੇਡੀਜ਼ ਕਰ ਰਹੀਆਂ, ਇਸ ਕਰਕੇ ਕੱਢ ਰਹੇ ਹਾਂ ਕਿ ਅੱਗੋਂ ਸਾਡੀ ਆਉਣ ਵਾਲੀ ਪੀੜ੍ਹੀ ਛੋਟੇ ਛੋਟੇ ਬੱਚੇ ਨਸ਼ਿਆਂ ਦੇ ਵਿੱਚ ਪੈ ਗਏ, ਜਦਕਿ ਸ਼ਰੇਆਮ ਸਾਡੇ ਸਾਹਮਣੇ ਨਸ਼ੇ ਕਰਦੇ ਛੋਟੇ ਛੋਟੇ ਬੱਚੇ, ਕਿ ਉਹਨਾਂ ਦੇ ਮਾਂ ਬਾਪ ਵੀ ਮਜਬੂਰ ਇੰਨੇ ਕੁ ਕਿ ਉਹ ਨਸ਼ਿਆਂ ਦੇ ਵਿੱਚ ਆ ਕੇ ਮਾਂ ਬਾਪ ਨੂੰ ਵੀ ਕੁੱਟ ਲੈਂਦੇ ਨੇ, ਤੇ ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਕਿ ਜੇ ਨਸ਼ਾ ਬੰਦ ਨਾ ਹੋਇਆ, ਬੰਦ ਹੋਣ ਹੋ ਜੇ ਤਾਂ ਸਭ ਤੋਂ ਵਧੀਆ, ਜੇ ਨਸ਼ਾ ਨਾ ਬੰਦ ਹੋਇਆ ਤਾਂ ਅਸੀਂ ਧਰਨਾ ਵੀ ਇੱਥੇ ਲਗਾਵਾਂਗੇ। ਸਿਆ ਸਾਡੇ ਮਹੱਲੇ ਦੇਸੀ ਲਾਣ ਬਹੁਤ ਵਿਕ ਰਹੀ ਹੈ ਤੇ ਕਾਫੀ ਬੰਦੇ ਮਰ ਚੁੱਕੇ ਆ ਤੇ ਜਨਾਨੀਆਂ ਵਿਧਵਾ ਹੋ ਚੁੱਕੀਆਂ ਤੇ ਉਹਦੇ ਬੱਚਿਆਂ ਦਾ ਦੇਖਭਾਲ ਕੌਣ ਕਰੇਗਾ ਬਈ, ਤੇ ਤੁਸੀਂ ਦੱਸੋ ਵੀ ਕੀ ਹਾਲ ਹੋ ਸਕਦਾ। ਦੇਸੀ ਲਾਣ ਬੰਦ ਹੋਣੀ ਚਾਹੀਦੀ ਹੈ, ਹਾਂਜੀ, ਨਸ਼ਾ ਕੈਪਸੂਲ ਭੰਗ ਦੇਸੀ ਲਾਣ ਹੋਰ ਵੀ ਬੰਦ ਹੋਣੀ ਚਾਹੀਦੀ। ਜਦੋਂ ਇਸ ਸੰਬੰਧ 'ਚ SHO ਪ੍ਰੇਮ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ 'ਚ ਹੈ ਕਿ ਪਿੰਡ 'ਚ ਕੋਈ ਨਸ਼ਾ ਨਹੀਂ ਵਿਕ ਰਿਹਾ, ਜੇ ਕੋਈ ਫਿਰ ਵੀ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਮੇਰੇ ਪਹਿਲਾਂ ਵੀ ਨੋਟਿਸ 'ਚ ਆਇਆ ਸੀ, ਇਹਨਾਂ ਦੇ ਆਪਣੇ ਗੁਪਸ ਆਪਣੇ ਇਨਫੋਰਮੇਸ਼ਨ ਦੇ ਆਧਾਰ 'ਤੇ ਅਸੀਂ ਮੁਲਾਜ਼ਮ ਵੀ ਜਿਹੜੇ ਚਿੱਟੇ ਕੱਪੜੇ ਲਾਏ ਹੋਏ ਆ ਔਰ ਉੱਥੇ ਗਸ਼ਤ ਵੀ ਤੇਜ਼ ਕੀਤੀ ਹੋਈ ਹੈ, ਨਾਕਾ ਵੀ 4-5 ਲਾਇਆ ਹੋਇਆ ਅਤੇ ਉੱਦਾਂ ਪਰਚੇ ਵੀ ਜਿਹੜੇ ਅਸੀਂ ਪਹਿਲੇ ਕਾਫੀ ਦਿੱਤੇ ਹੋਏ ਆ, ਪਰ ਫਿਰ ਵੀ ਅਜੇ ਤੱਕ ਹੁਣ ਤਾਂ ਦੁਬਾਰਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨੋਟਿਸ 'ਚ ਨਹੀਂ ਆਈ, ਜੇ ਕੋਈ ਗੱਲ ਆਈ ਤਾਂ ਜ਼ਰੂਰ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ। ਦੀਨਾਨਗਰ ਤੋਂ ਦੀਪਕ ਕੁਮਾਰ, CBA ਪੰਜਾਬ, TV।